ਨਰਿੰਦਰ ਮੋਦੀ ਦੇਸ਼ ਦੇ ਮਜ਼ਬੂਤ ਪ੍ਰਧਾਨ ਮੰਤਰੀ ਹਨ। ਇਸ ਲਈ ਵਿੰਗ ਕਮਾਂਡਰ ਅਭਿਨੰਦਨ ਨੂੰ 48 ਘੰਟਿਆਂ ਤੋਂ ਪਹਿਲਾਂ ਪਾਕਿਸਤਾਨ ਤੋਂ ਰਿਹਾਅ ਕਰਵਾਇਆ ਜਾ ਰਿਹਾ ਹੈ। ਜੇਕਰ ਕੋਈ ਕਮਜ਼ੋਰ ਪ੍ਰਧਾਨ ਮੰਤਰੀ ਹੁੰਦਾ ਤਾਂ ਪਾਕਿਸਤਾਨ ਨੇ ਬਿਲਕੁਲ ਪਰਵਾਹ ਨਹੀਂ ਸੀ ਕਰਨੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਬਸੀ ਵਿਖੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨਾਲ ਵੱਖ-ਵੱਖ ਭਾਗਾਂ ਵਿੱਚ ਵੰਡ ਕੇ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਕੀਤੀ। ਉਹਨਾਂ ਕਿਹਾ ਕਿ ਪਾਕਿਸਤਾਨ ਦੀਆਂ ਦੋ ਗਲੀਆਂ ਨੀਤੀਆਂ ਹਨ। ਇਸ ਕਰਕੇ ਪਾਕਿਸਤਾਨ ਇੱਕ ਪਾਸੇ ਬੈਠ ਕੇ ਗੱਲ ਦੀ ਪੇਸ਼ਕਸ਼ ਕਰ ਰਿਹਾ ਹੈ ਅਤੇ ਦੂਜੇ ਪਾਸੇ ਭਾਰਤ ਵਿੱਚ ਵੱਖ-ਵੱਖ ਥਾਵਾਂ 'ਤੇ ਅੱਤਵਾਦੀ ਹਮਲੇ ਕਰਵਾ ਰਿਹਾ ਹੈ। ਪੰਜਾਬ ਦੀ ਕੈਪਟਨ ਸਰਕਾਰ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹਲਕੇ ਵਿੱਚ ਮੁਲਾਜ਼ਮਾਂ ਦੀ ਬੁਰੀ ਦੁਰਦਸ਼ਾ ਹੈ ਅਤੇ ਜੇਕਰ ਮੁੱਖ ਮੰਤਰੀ ਦੇ ਆਪਣੇ ਹਲਕੇ ਵਿੱਚ ਇਹ ਹਾਲ ਹੈ ਤਾਂ ਬਾਕੀ ਪੰਜਾਬ ਵਿੱਚ ਕੀ ਹਾਲ ਹੋਵੇਗਾ। ਮੈਂ ਵਧਾਈ ਦੇਣਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ। ਦੇਸ਼ ਦਾ ਸਟਰੋਂਗ ਪ੍ਰਧਾਨ ਮੰਤਰੀ ਹੈ, ਉਹੀ ਕਾਰਨ ਹੈ ਕਿ ਅੱਜ 48 ਘੰਟਿਆਂ ਦੇ ਅੰਦਰ ਅੰਦਰ ਇੱਕ ਆਪਣਾ ਫਲਾਇੰਗ ਕੈਪਟਨ ਵਿੰਗ ਕਮਾਂਡਰ ਵਾਪਸ ਆ ਰਿਹਾ। ਜੇ ਕੋਈ ਕਮਜ਼ੋਰ ਪ੍ਰਧਾਨ ਮੰਤਰੀ ਹੁੰਦਾ ਪਾਕਿਸਤਾਨ ਨੇ ਪ੍ਰਵਾਨੀ ਕਰਨੀ ਸੀ। ਅਸੀਂ ਜਿਵੇਂ ਕਿ ਇਮਰਾਨ ਖਾਨ ਨੂੰ ਆਪਾਂ ਤੁਸੀਂ ਅੱਤਵਾਦੀ ਵੀ ਕਿਹਾ ਅਤੇ ਉਹ ਛੱਡ ਰਿਹਾ, ਜਿਹੜਾ ਉਹਨੂੰ ਉਹਦੇ 'ਤੇ ਕੀ ਕਹਿਣਾ ਤੁਹਾਡਾ ਜੀ? ਉਹ ਕਹਿੰਦਾ ਮੈਂ ਸ਼ਾਂਤੀ ਦਾ ਪ੍ਰਤੀਕ ਦੇਣ। ਮੇਰਾ ਮਤਲਬ ਹੈ ਇਮਰਾਨ ਖਾਨ ਦੀਆਂ ਦੋਗਲੀਆਂ ਨੀਤੀਆਂ, ਕਹਿੰਦਾ ਕੁਛ ਹੈ ਕਰਦਾ ਕੁਛ ਹੈ। ਅੱਤਵਾਦੀ ਆਪਣੇ ਇੱਥੇ ਰੋਜ਼ ਬੰਦੇ ਭੇਜਦਾ, ਸੁਸਾਈਡ ਬੰਬਰਸ ਭੇਜਦਾ, ਟੈਰਰਿਸਟ ਭੇਜਦਾ, ਆਪਣੇ ਹਜ਼ਾਰਾਂ ਦੀ ਗਿਣਤੀ 'ਚ ਆਪਣੇ ਲੋਕਾਂ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ ਅਤੇ ਹੋਰ ਹੁਣ ਕਹਿੰਦਾ ਸ਼ਾਂਤੀ ਦੇ ਪ੍ਰਤੀਕ, ਸ਼ਾਂਤੀ ਦੇ ਪ੍ਰਤੀ ਡਰ ਡਰ ਗਿਆ। ਉਹਨੇ ਦੇਖਿਆ ਕਿ ਦੇਸ਼ ਦੀ ਫੌਜਾਂ ਨੇ, ਦੇਸ਼ ਦੇ ਏਅਰਫੋਰਸ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਜਿਹੜੇ ਦੁਸ਼ਮਣ ਦੇ ਟਿਕਾਣਿਆਂ ਨੂੰ ਨਸ਼ਟ ਕੀਤਾ।